औरतियां तां की ओए शरीकां दियां वोटां भी तैनू पा दूं। हां भाई ना भाई हुण मैं तां अपना वादा निभाता, हुण तेरी वारी है। केड़ा वादा? मैं पुछणा ए, जिहड़ा बंदा दे भरा दे नहीं होया ओ सारा मेरी की कोठी दे गाल चाड़ दू। बुकरा तू कहा सी भी ओ पही आई जमीन तू मेरे नाल आएगा। ओला जमीन कोई सेने है जो मैं मरदा बोला के ऐं बुकर से जमीन मरदा ना तो को मैं नंग हो दोए। बुकरा बुकरा ਜਮਾਈ ਮਿੱਟੀ ਪਲੀਤ ਹੋ ਗਈ। ਜੇ ਤਹਾਰ ਤਾਂ ਬਣੀ ਆਈ ਆ ਮਕੰਦਿਆ, ਤੈਨੂੰ ਤਾਂ ਆਪਣਿਆਂ ਨੇ ਹਰਾਤਾ, ਆਪਣਿਆਂ ਨੇ ਤੇਰੀਆਂ ਬੇੜੀਆਂ 'ਚ ਬੱਟੇ ਪਾਤੇ। ਹੈਂ, ਇਹ ਤੂੰ ਕੀ ਕਹਿ ਰਿਹਾ? ਓਏ ਮੈਂ ਆਪਣੇ ਕੰਨੀ ਸੁਣ ਕੇ ਆਇਆ ਵੀ ਤੇਰੇ ਭਰਾ ਕਰਮੇ ਨੇ ਜ਼ਮੀਨ ਦੇ ਨਾਲ ਜਾ ਕੇ ਬੁੱਕਰ ਸਰਪੰਚ ਦੀ ਮਦਦ ਕੀਤੀ ਹੈ। ਤੂੰ ਇਹ ਕਿਹੜੇ ਯੁੱਗ ਦਾ ਬਦਲਾ ਲੈ ਲਿਆ ਮੇਰੇ ਤੋਂ? ਤੂੰ ਤਾਂ ਮੇਰਾ ਸ਼ਰੀਕਾ 'ਚ ਨੱਕ ਹੀ ਵੜਵਾ ਤਾ। ਜੇ ਤੂੰ ਮੇਰੇ ਨਾਲ ਐਂ ਕਰਨੀ ਸੀ ਤਾਂ ਤੂੰ ਮੈਨੂੰ ਦੱਸ ਤਾਂ ਦਿੰਦਾ, ਮੈਂ ਬੋਟੇ 'ਚ ਖੜਾ ਹੀ ਨਾ ਹੁੰਦਾ। ਕਰਮੇ ਚਾਚੇ ਨੂੰ ਹਸਪਤਾਲ ਲੈ ਗਏ। ਕੀ ਹੋ ਗਿਆ ਕਰਮੇ ਨੂੰ? ਪਤਾ ਨੀ, ਕਹਿੰਦੇ ਗੋਲੀ ਵੱਜੀ। ਹਾਏ ਓਏ ਰੱਬਾ, ਆਇਓ ਰੱਬਾ, ਮੇਰੇ ਤੋਂ ਕਿਹੜੇ ਜਨਮ ਦਾ ਬਦਲਾ ਲਈ ਜਾਂਦਾ? ਓ ਮੇਰੇ ਭਰਾ ਨੂੰ ਕਾਹ ਤੋਂ ਗੋਲੀ ਮਾਰਤੀ? ਤੂੰ ਮੇਰੀ ਜਾਨ ਲੈ ਲੈਂਦਾ। ਓ ਚੱਲੋ ਛੇਤੀ ਹਸਪਤਾਲ ਚੱਲੀਏ। ਮੇਰਾ ਭਾਈ ਕਰਮਾ ਜੀ। ਅੱਛਾ, ਮਰੀਜ਼ ਦੀ ਹਾਲਤ ਕਾਫੀ ਸੀਰੀਅਸ ਹੈ, ਗੋਲੀ ਵੱਜਣ ਕਰਕੇ ਉਸ ਦਾ ਕਾਫੀ ਖੂਨ ਰਹਿ ਗਿਆ, ਤੁਰੰਤ ਆਪਰੇਸ਼ਨ ਕਰਨਾ ਪਵੇਗਾ ਅਤੇ ਖੂਨ ਦਾ ਵੀ ਇੰਤਜ਼ਾਮ ਕਰੋ। ਡਾਕਟਰ ਸਾਹਿਬ, ਮੇਰੇ ਭਾਈ ਕਰਮੇ ਨੂੰ ਕੁਛ ਨਹੀਂ ਹੋਣਾ ਚਾਹੀਦਾ। ਮੈਂ ਆਪਦੇ ਬਾਈ ਕਰਮੇ ਪਿੱਛੇ ਖੂਹ ਦਾ ਕਰਨਾ ਕਰਨਾ ਦੇ ਜੂੰਗਾ, ਪਰ ਉਹਨੂੰ ਕੁਛ ਹੋਣਾ ਨਹੀਂ ਚਾਹੀਦਾ। ਡਾਕਟਰ ਸਾਹਿਬ, ਕਿੱਥੇ ਮੇਰਾ ਬਾਈ?
ਰੀਸ ਦਾ ਆਪਰੇਸ਼ਨ ਹੋ ਗਿਆ ਤੇ ਹੁਣ ਖਤਰੇ ਤੋਂ ਬਿਲਕੁਲ ਬਾਹਰ। ਡਾਕਟਰ ਸਾਹਿਬ ਕੋਈ ਉਹ ਜੀ ਗੱਲ ਤਾਂ ਨਹੀਂ, ਖਤਰੇ ਅਜੇ ਕਰਨ ਦੀ ਕੋਈ ਗੱਲ ਨਹੀਂ। ਠੀਕ ਹੈ ਡਾਕਟਰ ਸਾਹਿਬ, ਘਬਰਾਉਣ ਦੀ ਕੋਈ ਲੋੜ ਨਹੀਂ, ਆਪਾਂ ਆਪਣਾ ਠੀਕ ਆ। ਡਾਕਟਰ ਕਹਿੰਦਾ ਆਪਣੀ ਛੁੱਟੀ ਹੋ ਜਾਊਗੀ, ਮੈਂ ਲਾਲੇ ਕੋਲ ਜਾ ਰਿਹਾ। ਲੱਖ ਲੱਖ ਸ਼ੁਕਰ ਹੈ। ਮੇਰੀ ਕੁੜੀ ਦਾ ਵਿਆਹ ਆਉਂਦੇ ਐਤਵਾਰ ਨੂੰ, ਮੈਨੂੰ ਥੋੜੇ ਪੈਸਿਆਂ ਦੀ ਜ਼ਰੂਰਤ ਹੈ। ਲਾਲਾ ਤਾਂ ਬੈਠੇ ਜ਼ਰੂਰਤ ਪੂਰੀਆਂ ਕਰਨ ਵਾਸਤੇ ਹੈ, ਚਿੱਟਾ ਜਿਗਰੀ ਕਰਾ ਕੇ ਮੈਂ ਤੈਨੂੰ ਦੱਸਾਂ, ਕਾਗਜ਼ ਕਿਸੇ ਹੋਰ ਕੋਲ ਰੱਖਿਆ, ਪੈਸੇ ਲਾਲੇ ਕੋਲ ਲਾਇਆ। ਲਾਲਾ ਜੀ ਮੇਰੀ ਮਿਹਨਤ ਹੈ, ਮੇਰੀ ਇੱਜ਼ਤ ਦਾ ਸਵਾਲ ਹੈ, ਮੇਰੀ ਧੀ ਦੀ ਡੋਲੀ ਉੱਠ ਜਾਣ ਦਿਓ, ਨਹੀਂ ਤਾਂ ਮੈਂ ਬਰਬਾਦ ਹੋ ਜਾਊ। ਜਾਦਾ ਜਿਹਨੂੰ ਕਾਗਜ਼ ਦੀ ਕਹਿਆ ਨਾ ਉਹਨੇ ਤਾਂ ਪੈਸੇ ਲਾ ਲਾ ਕੇ। ਨਹੀਂ ਲਾਲਾ ਜੀ, ਮੈਂ ਅੱਜ ਪੱਗ ਤੁਹਾਡੇ ਕਦਮਾਂ 'ਚ ਰੱਖਦਾ। ਪੱਗ ਪੁੱਗ ਨਹੀਂ ਚਾਹੀਦੀ, ਕਾਗਜ਼ ਚਾਹੀਦੇ ਕਾਗਜ਼। ਲਾਲਾ ਜੀ ਮੇਰੀ ਧੀ ਦਾ ਵਿਆਹ ਹੋ ਜਾਣ ਦਿਓ, ਉਹਦੀ ਡੋਲੀ ਉੱਠ ਜਾਣ ਦਿਓ, ਮੈਂ ਤੁਹਾਡਾ ਹਮੇਸ਼ਾ ਅਹਿਸਾਨ ਮੰਦ ਰਹੂੰਗਾ। ਜੱਗ ਜਾਣਨੀ ਨੂੰ ਹੋਂਦ ਦੀ ਖਾਤਰ ਕੱਢਣੇ ਪੈ ਜਾਣ ਹਾੜੇ, ਦਾਜ ਦਹੇਜ ਦੇ ਲਾਲਚ ਖਾਤਰ ਜਦ ਕੋਈ ਮਾਸੂਮ ਨੂੰ ਸਾੜੇ, ਦਾਜ ਦਹੇਜ ਦੇ ਲਾਲਚ ਖਾਤਰ ਜਦ ਕੋਈ ਮਾਸੂਮ ਨੂੰ ਸਾੜੇ, ਕੁੱਖ ਵਿੱਚ ਜਦ ਮਿੱਟ ਜਾਵਣ ਲੱਗੇ ਔਰਤ ਦੀ ਜ਼ਿੰਦਗਾਨੀ, ਕਲ ਯੁੱਗ ਦੀ ਏ ਨਿਸ਼ਾਨੀ ਸੱਜਣੋ, ਕਲ ਯੁੱਗ ਦੀ ਏ ਨਿਸ਼ਾਨੀ। ਓ ਰਾਮਾ ਮੁਕੰਦਰਾ ਰਾਮਾ, ਓ ਲਾਂਡਾ ਲਾਂਡਾ, ਓ ਤੂੰ ਤਾਂ ਮੁਕੰਦਰਾ ਕੱਲਾ ਹੀ ਹੈਗਾ ਸੀ ਪਿੰਡ ਚ, ਸਾਡੇ ਗਰੀਬ ਖਾਨੇ ਜਾਣ ਤੋਂ ਢੇਰੀ ਕਿਉਂ ਆ ਗਏ? ਦੱਸ ਕਿਵੇਂ ਉਦਾਸ ਲੱਗ ਰਿਹਾ, ਦੱਸ ਕੀ ਗੱਲ ਹੈ? ਲਾਲਾ ਜੀ ਇੱਕ ਮੁਸੀਬਤ ਆ ਪਈ। ਓਏ ਕੰਮ ਲਿਆ ਓ ਲਾਲਾ, ਦਿੱਲੀ ਰਾਮ ਤਾਂ ਬੈਠਾ ਹੀ ਮੁਸੀਬਤਾਂ ਦੂਰ ਕਰਨ ਵਾਸਤੇ ਆਇਆ, ਤੂੰ ਦੱਸ ਕਿੱਥੇ ਤੋਂ ਆ ਗਏ? ਲਾਲਾ ਜੀ ਮੇਰਾ ਛੋਟਾ ਭਾਈ ਹੈ ਨਾ ਕਰਮ, ਹੈ ਉਹ ਹਸਪਤਾਲ 'ਚ ਦਾਖਲ ਹੈ। ਪੁੱਛੋ ਥੋੜੇ ਜੇ ਪੈਸਿਆਂ ਦਾ ਇੰਤਜ਼ਾਮ ਕਰ ਦਿੰਦੇ। ਕੰਮ ਲਿਆ ਪੈਸਿਆਂ ਦਾ ਘੱਟ ਹੈ ਤੇਰੇ ਵਾਸਤੇ, ਤੂੰ ਦੱਸ ਕਿੰਨੇ ਪੈਸੇ ਚਾਹੀਦੇ ਤੈਨੂੰ? ਲਾਲਾ ਜੀ ਹੁਣ ਲੱਗਣਗੇ ਪਤਾ ਨੀ ਕਿੰਨੇ ਕੁ, ਤੁਸੀਂ 20,000 ਦਾ ਇੰਤਜ਼ਾਮ ਕਰ ਦਿਓ ਬਸ। ਦਿਨ ਨਾਲ ਲੈ ਮੋਟਾ ਨਾ ਕਰ ਬੈਠ ਨਾ ਇੱਕ ਨਾ। ਅਲੇ ਗਿਰੂ ਰਾਮ ਕਿੱਥੇ ਪੂਰੇ ਨਹੀਂ ਆ ਰਿਹਾ ਤੇਰੀ ਕਿਵਾ ਕੇ? ਚੰਗਾ
ਸਤਿਕਾਲ ਜੀ। ਹਾਂ ਸਤਿ ਸ਼੍ਰੀ ਅਕਾਲ। ਆਮ ਕਨਸੈਪ ਹੈ, ਦੇਖੋ ਕੀ ਕਰੀਏ ਭਾਈ। ਇੱਕ ਵਾਰੀ ਤਾਂ 94 ਬੰਦਾ ਹਵਾਲਾਤ ਦੇ ਵਿੱਚ ਬੰਦ ਕੀਤਾ ਹੋਇਆ। ਨਹੀਂ ਥਾਣੇਦਾਰ ਸਾਹਿਬ, ਮੇਰਾ ਕਰਮ ਹੁਣ ਨਾ ਕਰਨਾ ਹੋਣਾ, ਬੁੱਗਰ ਨੂੰ ਸਜ਼ਾ ਤੋਂ ਉੱਪਰਲਾ ਦੇਊਗਾ। ਉਹ ਤਾਂ ਠੀਕ ਹੈ ਮਕੰਸਿਆ, ਉੱਪਰਲਾ ਵੀ ਦੇਊਗਾ ਅਤੇ ਕਾਨੂੰਨ ਵੀ ਦੇਊਗਾ, ਅਤੇ ਮੇਰਾ ਨਾਂ ਥਾਣੇਦਾਰ ਚਿੱਪ ਕੱਟ ਐਵੇਂ ਨਹੀਂ। ਜੇ ਤੂੰ ਕਹੇ ਤਾਂ ਮੈਂ ਇਹਦੇ ਵੀ ਚਿੱਪ ਕੱਢ ਦਿੰਦਾ। ਨਹੀਂ ਨਹੀਂ ਥਾਣੇਦਾਰ ਸਾਹਿਬ, ਐਂ ਨਾ ਕਰੋ। ਅਸਲ ਵਿੱਚ ਮੈਂ ਬੁੱਗਰ ਦਾ ਜਮਾਨਤੀਆ ਬਣ ਕੇ ਆਇਆ, ਫਿਰ ਵੀ ਉਹ ਮੇਰੇ ਪਿੰਡ ਦਾ ਬੰਦਾ। ਠੀਕ ਹੈ, ਜਿਵੇਂ ਤੇਰੀ ਮਰਜ਼ੀ। ਹੌਲਦਾਰ ਬੁੱਗਰ ਸਿੰਘ ਨੂੰ ਲੈ ਕੇ ਆਓ। ਜਨਾਬ ਮੈਨੂੰ ਮਾਫ ਕਰ ਦੇ ਮੁਕਾਸਿਆ, ਮੈਂ ਪਾਰਟੀ ਬਾਜੀ ਚਾ ਕੇ ਤੇਰਾ ਕਾਰੋਬਾਰ ਤਾਂ ਮੈਨੂੰ ਮਾਫ ਕਰ ਦੇ। ਉਹ ਗੁੱਬਰ ਸਿਆ, ਘਰ ਉਜਾੜਨ ਵਾਲਾ ਤੇ ਵਸਾਉਣ ਵਾਲਾ ਬੰਦਾ ਨਹੀਂ ਹੁੰਦਾ ਕਮਰਿਆ। ਘਰ ਉਜਾੜਨਾ ਤੇ ਵਸਾਉਣਾ ਤਾਂ ਉੱਪਰ ਵਾਲੇ ਦੇ ਹੱਥ ਚ, ਬੰਦੇ ਦੇ ਹੱਥ ਚ ਨਹੀਂ ਹੁੰਦਾ। ਨਾਲੇ ਫਿਰ ਮੈਂ ਮਾਫ਼ੀ ਦੇਣ ਵਾਲਾ ਕੌਣ ਹੁੰਦਾ? ਹੈ ਕਮਲਾ ਹੋਇਆ ਤੇ ਉੱਪਰ ਵਾਲਾ ਹੁੰਦਾ ਉਹ ਕਮਲਿਆ। ਨਾਲੇ ਮੈਂ ਤੈਨੂੰ ਮਾਫ਼ ਕਰਨ ਵਾਲਾ ਕੌਣ ਹੁੰਦਾ? ਤੂੰ ਮੇਰਾ ਛੋਟਾ ਭਾਈ ਆ, ਮੈਨੂੰ ਰੋਜ਼ ਆਉਂਦਾ ਸਗਾਈ ਆ ਤੂੰ। ਚੱਲ ਘਰੇ, ਚੱਲ ਘਰੇ, ਨਿਆਣੇ ਡੁਕਦੇ ਹੋਣੇ। ਚੱਲ ਮੇਰਾ ਸਿਰ ਚੰਗਾ ਜੀ। ਅੱਛਾ ਜੀ, ਚੱਲ ਆ ਜਾ। ਮੈਂ ਵੀ ਨੀ ਰੋਜ਼ਦਾ ਹੁੰਦਾ। ਆ ਦੇਖ ਲਓ ਬਿੱਕਰ ਸਿੰਘ, ਤੁਸੀਂ ਥਾਣਿਆਂ ਦੇ ਵਿੱਚ ਲਿਆ ਕੇ ਲੋਕਾਂ ਦੀ ਬੇਇੱਜ਼ਤੀ ਕਰਦੇ ਹੋ। ਇਹ ਕਿੱਡਾ ਭਲਾ ਲੋਕ ਹੈ, ਆਪਦੇ ਦੁਸ਼ਮਣ ਨੂੰ ਵੀ ਛਡਾ ਕੇ ਲੈ ਗਿਆ। ਸਿੱਖੋ ਇਹਨਾਂ ਤੋਂ ਕੁਛ। ਕਿਵੇਂ ਬਈ ਕਰਮੇ? ਉਹ ਜਦੋਂ ਤੇਰੇ ਜਿਹੇ ਪਾਪ ਵਰਗੇ ਭਾਈ ਦਾ ਸਿਰ ਤੇ ਸਾਇਆ ਹੋਵੇ, ਰੋਣਾ ਮੈਂ ਹੈ ਜਾਂਦਾ? ਰੋਈਦਾ ਨਹੀਂ ਹੁੰਦਾ। ਜ਼ਮੀਨ ਦੇ ਲਾਲਚ ਚ ਆ ਕੇ ਅਸੀਂ ਤੇਰੇ ਨਾਲ ਦਗਾ ਕੀਤਾ, ਬੁੱਕਰ ਵਰਗਿਆਂ ਦੇ ਪਿੱਛੇ ਲੱਗ ਕੇ ਅਸੀਂ ਤਾਂ ਆਪਣੇ ਘਰ ਪੱਟ ਬੈਠੇ। ਸਾਨੂੰ ਮਾਫ ਕਰ ਦੇ। ਰਹਿਣ ਦੇ ਭਾਈ, ਰਹਿਣ ਦੇ। ਮੈਂ ਤਾਂ ਮਾਂ ਦੇ ਬੋਲਾਂ ਦੇ ਉੱਤੇ ਫੁੱਲ ਚੜਾਉਂਦਾ ਰਿਹਾ। ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਦੋਨਾਂ ਭਰਾਵਾਂ ਦੇ ਨਾਂ ਲਾਤੀ। ਜਾ ਛੋਟੇ, ਕਾਗਜ਼ ਲੈ ਟਾਲੀ ਵਾਲੇ ਖੇਤਾਂ ਨੂੰ ਨਵਾਲਾ, ਮੈਂ ਤੋਂ ਬੂਠਾ ਜਿੱਥੇ ਮਰਜ਼ੀ। ਨਾ ਬਾਈ ਜੀ, ਨਾ ਬਾਈ ਜੀ, ਇੰਝ ਨਾ ਕਹੋ। ਮੈਂ ਪਹਿਲਾਂ ਹੀ ਬਹੁਤ ਗਲਤ ਰਸਤੇ ਪੈ ਗਿਆ ਸੀ, ਪਰ ਹੋਰ ਨੇ ਮੈਂ ਗਲਤੀ ਕਰਨੀ ਚਾਹੁੰਦਾ। ਸਾਹਮਣਿਆ ਤੈਨੂੰ ਖੇਤਾਂ ਨੇ ਕੀ ਦੇਣਾ? ਉਸ ਕਾਲੀ ਮਿੱਟੀ ਨੂੰ ਇਸ ਤੇ ਕਮਲੇ। ਬਾਈ ਇੰਝ ਨਾ ਕਹੋ, ਉਸ ਤੇ ਮੇਰਾ ਭਰਮ ਹੀ ਤੋੜਤਾ। ਕਹਿਣ ਦੇ ਛੋਟੇ,
ਤਾਂ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਕਿਤੇ ਹੋਰ ਕੇ ਜਾਣ ਨੂੰ ਤੇ ਭਾਈ ਇੰਜ ਨਾ ਕਰੋ ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਤੁਸੀਂ ਇੱਥੇ ਰਹੋਗੇ ਸਾਡੇ ਕੋਲ ਭਾਈ ਭਾਈ ਜੀ ਭਾਈ ਸਾਨੂੰ ਛੱਡ ਕੇ ਨਾ ਜਾਓ ਭਾਈ ਜੀ ਤੁਸੀਂ ਭਾਈ ਜੀ ਭਾਈ ਜੀ ਮਾਲੀ ਤੋਂ ਪਾਂ ਪਾਂ ਕਰਦੀ ਫੁੱਲਾਂ ਭਰੀ ਕਿਆਰੀ ਸੰਗ ਪਾਈਆਂ ਦਾ ਭਾਗੀ ਮਿਲਦਾ ਨਾ ਮਿਲਦੇ ਵਿੱਚ ਬਜ਼ਾਰੀ ਬਿਨ ਮਾਲੀ ਤੋਂ ਪਾਂ ਪਾਂ ਕਰਦੀ ਫੁੱਲਾਂ ਭਰੀ ਕਿਆਰੀ ਸੰਗ ਪਾਈਆਂ ਦਾ ਭਾਗੀ ਮਿਲਦਾ ਨਾ ਮਿਲਦੇ ਵਿੱਚ ਬਜ਼ਾਰੀ ਬਾਜ ਪਾਈਆਂ ਨਾ ਸੌਂਦੀਆਂ ਸਥਾਂ ਬਾਜ ਪਾਈਆਂ ਨਾ ਸੌਂਦੀਆਂ ਸਥਾਂ ਵਸਦੀ ਦੁਨੀਆ ਸਾਰੀ ਹੁੰਦੀ ਭਾਈਆਂ ਨਾਲ ਸਰਦਾਰੀ ਜੱਗ ਤੇ